ਸੋ ਵੇਖ ਸਕਦੇ ਹੋ ਇੱਥੇ ਮੋਰਿੰਡਾ ਤੋਂ ਵੀ ਪਹੁੰਚੇ ਹੋਏ ਨੇ ਮੋਰਿੰਡਾ ਤੋਂ ਆਏ ਹੋ ਜੀ ਮੋਰਿੰਡਾ ਤੋਂ ਮੋਰਿੰਡੀ ਤੋਂ ਜੀ ਮੇਰਾ ਨਾਮ ਪਰਮਿੰਦਰ ਸਿੰਘ ਮੇਰਾ ਨਾਮ ਹੈ ਮੇਰਾ ਪਿੰਡ ਚਲਾਕੀ ਹੈ ਬਲਾਕ ਮੋਰਿੰਡਾ ਜ਼ਿਲ੍ਹਾ ਰੋਪੜ ਹੈ ਜੀ ਓਕੇ ਐਕਸ ਚੇਅਰਮੈਨ ਹੋ ਤੁਸੀਂ ਵੇਲਕਮ ਮੈਂ ਸੇਵਾਦਾਰ ਹਾਂ ਜੀ ਐਕਸ ਚੇਅਰਮੈਨ ਨੇ ਕੋਈ ਗੱਲ ਨਹੀਂ ਹੈ ਮੈਂ ਬੜਾ ਪੁਰਾਣਾ ਸੰਨ 76 ਤੋਂ ਮੈਂ ਭਾਰਤੀ ਕਿਸਾਨ ਯੂਨੀਅਨ 'ਚ ਮੈਂ ਬਤੌਰ ਵਰਕਰ ਕੰਮ ਕਰਦਾ ਤਾਂ ਸ਼ੁਰੂ ਤੋਂ ਮੇਰੀ ਰੁਚੀ ਕਿਸਾਨ ਯੂਨੀਅਨ 'ਚ ਰਹੀ ਹੈ ਵੱਖ ਵੱਖ ਕੁਛ ਦਾ ਰਿਹਾ ਬਸ ਸੇਵਾ ਦੇ ਤੌਰ 'ਤੇ ਸੇਵਾ ਨਿਭਾਈ ਹੈ ਸੋ ਇੱਥੇ ਕਦੋਂ ਤੋਂ ਸੇਵਾ ਨਿਭਾ ਰਹੇ ਹੋ ਕੁੰਡਲੀ ਬਾਰਡਰ ਇੱਥੇ 26 ਤਰੀਕ ਨੂੰ ਅਸੀਂ ਆਏ ਹਾਂ ਤਾਂ 27 ਤਰੀਕ ਤੋਂ ਅਸੀਂ ਇਹ ਸੇਵਾ ਸ਼ੁਰੂ ਕਰਤੀ ਇਹ ਜਿਹੜਾ ਲੰਗਰ ਹੈ ਨਾ ਜੀ ਇਹ ਤਾਂ ਸਾਡੇ ਗੁਰੂਆਂ ਦੀ ਕਿਰਪਾ ਹੈ ਇਹ ਤਾਂ ਕਿਸੇ ਇੱਕ ਕਿਸੇ ਵਿਸ਼ੇਸ਼ ਵਿਅਕਤੀ ਦਾ ਕੋਈ ਯੋਗਦਾਨ ਨਹੀਂ ਇੱਥੇ ਜਿਹੜੇ ਸਾਰੇ ਲੰਗਰ ਚੱਲਦੇ ਆ ਅਤੇ ਇਹ ਤਾਂ ਜਿਹੜੇ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਸਾਡਾ ਮਾਰਗ ਦਰਸ਼ਨ ਕੀਤਾ ਹੈ ਇਹ ਤਾਂ ਉਹਦੇ ਮੁਤਾਬਕ ਚੱਲਦੇ ਨੇ ਜੀ ਸਾਰੇ ਈਵਨ ਅਸੀਂ ਕਿਸੇ ਤੋਂ ਕੋਈ ਪੈਸਾ ਨਹੀਂ ਲੈਂਦੇ ਸਾਡੀ ਜਥੇਬੰਦੀ ਦੀ ਫੈਸਲਾ ਹੈ ਅਸੀਂ ਜਦੋਂ ਪਿੰਡਾਂ 'ਚ ਗਏ ਹਾਂ ਤਾਂ ਪਿੰਡਾਂ ਦੇ ਵਿੱਚ ਅਸੀਂ ਉਹਨਾਂ ਦੀਆਂ ਕਮੇਟੀਆਂ ਬਣਾਈਆਂ ਉਸ ਲੋਕਾਂ ਨੂੰ ਬੇਨਤੀ ਕਰੀ ਵੀ ਤੁਸੀਂ ਜੋ ਪੈਸੇ ਇਕੱਠੇ ਕਰਨੇ ਆਪਣੇ ਪਿੰਡ ਦੇ ਵਿੱਚ ਪੈਸੇ ਰੱਖੋ ਇਕੱਠੇ ਕਰਕੇ ਕਿਉਂਕਿ ਪਹਿਲਾਂ ਸਾਡਾ ਜਿਹੜਾ ਪ੍ਰੋਗਰਾਮ ਸੀ ਵੀ ਜਿੱਥੇ ਵੀ ਕਿਤੇ ਹਰਿਆਣੇ ਦੇ ਵਿੱਚ ਸਾਨੂੰ ਰੋਕਿਆ ਜਾਊਗਾ ਅਸੀਂ ਉੱਥੇ ਰੁਕ ਜਾਵਾਂਗੇ ਤਾਂ ਅਸੀਂ ਉੱਥੇ ਧਰਨਾ ਮਾਰ ਕੇ ਬੈਠ ਜਾਵਾਂਗੇ ਲੰਗਰ ਵਗੈਰਾ ਚਲਾਵਾਂਗੇ ਉੱਥੇ ਪਰ ਅਸੀਂ ਧੰਨਵਾਦੀ ਹਾਂ ਆਪਣੇ ਜਿਹੜੇ ਸਾਡੇ ਨੌਜਵਾਨ ਬੱਚੇ ਨੇ ਤਾਂ ਜਿਹੜਾ ਉਹਨਾਂ ਦਾ ਜੋਸ਼ ਸੀਗਾ ਅਸੀਂ ਉਹ ਜਿਹੜੇ ਹਰਿਆਣਾ ਪੁਲਿਸ ਨੇ ਸਾਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ ਵੀ ਜਿੱਦਾਂ ਅਸੀਂ ਭਾਰਤ ਦੇ ਇੱਕ ਹਿੱਸਾ ਨਹੀਂ ਜਿੱਦਾਂ ਉਹਨਾਂ ਨੇ ਸਾਨੂੰ 6-7 ਜਗ੍ਹਾ ਬੜੇ ਸਖਤ ਬੈਰੀਕੇਡ ਲਾ ਕੇ ਰੋਕਿਆ ਪਰ ਸਾਡੇ ਨੌਜਵਾਨ ਬੱਚਿਆਂ ਨੇ ਸਭ ਕੁਝ ਖਿਲਾਰਤਾ ਜੀ ਉਹਨਾਂ ਦਾ ਔਰ ਜਿਹੜੇ ਉਹਨਾਂ ਨੇ 20-20 ਫੁੱਟ ਟੋਏ ਡੂੰਘੇ ਪੱਟੇ ਰੋਕਣ ਵਾਸਤੇ ਜਿਹੜੀ ਕੋਬਰਾ ਵਾਇਰ ਹੈ ਉਹ ਵੀ ਲਾਈ ਤਾਂ ਉਹ ਕਿਸੇ ਦੀ ਪਰਵਾਹ ਕਰੇ ਬਗੈਰ ਅਸੀਂ ਆਪਣੇ ਟੀਚੇ 'ਤੇ ਆ ਕੇ ਬੈਠੇ ਹਾਂ ਔਰ ਬਿਲਕੁਲ ਜੋ ਸਾਡੀ ਲੀਡਰਸ਼ਿਪ ਦਾ ਸਾਨੂੰ ਸਾਰਿਆਂ ਨੂੰ ਉਹਨਾਂ ਨੇ ਆਦੇਸ਼ ਦਿੱਤਾ ਵੀ ਅਸੀਂ ਪੀਸਫੁੱਲ ਰਹਿਣਾ ਸ਼ਾਂਤੀ ਨਾਲ ਰਹਿਣਾ ਤਾਂ ਅਸੀਂ 26 ਤਰੀਕ 'ਤੇ ਸਾਰੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਅਸੀਂ ਡਟੇ ਹਾਂ ਇੱਥੇ ਸੋ ਸਾਡੀ ਸਾਰੀ ਟੀਮ ਨੇ ਗ੍ਰੀਨ ਕਲਰ ਦੀਆਂ ਪੱਗਾਂ ਬੰਨੀਆਂ ਨੇ ਇਹ ਹਰਾ ਰੰਗ ਕਿਹੜੀ ਚੀਜ਼ ਨੂੰ ਸਾਬਿਤ ਕਰ ਰਿਹਾ ਇਹ ਸਾਡੀ ਪਛਾਣ ਹੈ ਆਪਣੀ ਸਾਡੀ ਕਿਸਾਨੀ ਦੀ ਪਛਾਣ ਹੈ ਹੁਣ ਤਾਂ ਸਾਡੇ ਝੰਡੇ ਕਿਸੇ ਸਮਾਂ ਸੀ ਜਦੋਂ ਅਸੀਂ ਬੈਜ ਲਾਉਂਦੇ ਸੀ ਝੰਡਾ ਬੰਨ੍ਹਦੇ ਸੀ ਸਾਨੂੰ ਸਾਡੇ ਭਰਾ ਅਜੀਬ ਨਜ਼ਰਾਂ ਨਾਲ ਵੇਖਦੇ ਸੀ ਅੱਜ ਹਰੇਕ ਬੰਦਾ ਬੈਜ ਲਾਉਣ ਦੇ ਵਿੱਚ ਝੰਡਾ ਫੜ ਕੇ ਤੁਰਨ ਦੇ ਵਿੱਚ ਮਾਣ ਮਹਿਸੂਸ ਕਰਦਾ ਔਰ ਸਾਡੇ ਕੋਲ ਇੰਨੇ ਸਾਧਨ ਨਹੀਂ ਜਿਹਨਾਂ ਨੇ ਅਸੀਂ ਝੰਡਿਆਂ ਦੀ ਡਿਮਾਂਡ ਪੂਰੀ ਕਰ ਸਕੀਏ ਪਰ ਇਹ ਬਸ ਪਰਮਾਤਮਾ ਦਾ ਕ੍ਰਿਸ਼ਮਾ ਇਹ ਜਿਹੜੀ ਸਾਨੂੰ ਵੀ ਕੋਈ ਉਮੀਦ ਨਹੀਂ ਸੀ ਵੀ ਐਡਾ ਵੱਡਾ ਜਨ ਸਲੈਬ ਕੋਈ ਇਹ ਟਰੈਕਟਰ ਟਰਾਲੀ 'ਤੇ ਸਫ਼ਰ ਕਰਨਾ ਇਹ ਕੋਈ ਇੱਦਾਂ ਟਰੈਵਲ ਨਹੀਂ ਕਰ ਸਕਦਾ 600 ਕਿਲੋਮੀਟਰ ਟਰੈਕਟਰਾਂ ਹੁਣੇ ਸਾਡੇ ਦੋਸਤ ਗੁਰਦਾਸਪੁਰ ਤੋਂ ਬਟਾਲੇ ਤੋਂ ਜ਼ਿਕਰ ਕਰਦੇ ਸੀਗੇ ਉੱਥੋਂ ਦੇ ਸੱਜਣ ਨੇ ਤੀਜਾ ਗੇੜਾ ਟਰੈਕਟਰ ਟਰਾਲੀ ਦਾ ਉਹਨਾਂ ਨੇ ਇੱਥੇ ਲਾ ਤਾ ਉਹ ਅੱਜ ਕੱਲ੍ਹ ਲੱਕੜਾਂ ਭਰ ਕੇ ਲਿਆਏ ਨੇ ਮਤਲਬ ਇਹ ਜਿਹੜੀ ਸ਼ਕਤੀ ਹੈ ਜੀ ਇਹ ਕੋਈ ਕ੍ਰਿਸ਼ਮ ਹੈ ਪਰਮਾਤਮਾ ਦਾ ਹੀ ਹੈ ਇਹ ਜਿਹੜੇ ਲੰਗਰ ਨੇ ਨਿਰੰਤਰ ਲੰਗਰ ਚੱਲਦਾ ਮੇਰਾ ਖਿਆਲ ਹੈ ਆਮ ਘਰਾਂ ਦੇ ਵਿੱਚ ਜਿਹੜੀ ਕੋਈ ਚੀਜ਼ ਸਾਨੂੰ ਮੇਰਾ ਖਿਆਲ ਹੈ ਖਾਣ ਨੂੰ ਨਹੀਂ ਮਿਲਦੀ ਤਾਂ ਇੱਥੇ ਮੁਫਤ ਅਵੇਲੇਬਲ ਹੈ ਕੋਈ ਕੰਬਲ ਹੈ ਕੋਈ ਜੁਰਾਬ ਹੈ ਕੋਈ ਟੁੱਥ ਕੋਈ ਹੈ ਹੀ ਚੀਜ਼ ਨਹੀਂ ਵੀ ਇਹ ਤਾਂ ਇਹ ਔਰ ਫਿਰ ਇਸ ਤੋਂ ਵੱਡੀ ਗੱਲ ਅਸੀਂ ਜੋ ਮਹਿਸੂਸ ਕਰਦੇ ਹਾਂ ਵੀ ਜਿਹੜੇ ਅਸੀਂ ਇੱਕ ਜਿਹੜੇ ਤਿੰਨ ਸਰਕਾਰ ਨੇ ਬਿੱਲ ਬਣਾਏ ਹੈ ਜਿੱਥੇ ਅਸੀਂ ਉਹ ਲੜਾਈ ਲੜਦੇ ਹਾਂ ਵੀ ਉਹ ਪੰਜਾਬ ਨੂੰ ਇੱਕ ਤਬਾਹੀ ਵੱਲ ਲੈ ਜਾਣਗੇ ਜਿੱਥੇ ਪੰਜਾਬ ਨੇ ਇੱਕ ਲੜਾਈ ਸ਼ੁਰੂ ਕੀਤੀ ਹਰਿਆਣਾ ਨਾਲ ਲੱਗਿਆ ਤਾਂ ਸਾਡੇ ਜਿਹੜੇ ਯੋਗ ਲੀਡਰਸ਼ਿਪ ਹੈ ਦਿੱਲੀ 'ਚ ਮੀਟਿੰਗਾਂ ਕੀਤੀਆਂ ਤਾਂ ਅੱਜ ਹਿੰਦੁਸਤਾਨ ਦੀਆਂ 472 ਜਥੇਬੰਦੀਆਂ ਉਹ ਲੜ ਰਹੀਆਂ ਅੱਜ ਇਹ ਭਾਰਤ ਲੈਵਲ ਦੀ ਵਰਲਡ ਲੈਵਲ ਦੀ ਲੜਾਈ ਬਣ ਗਈ ਔਰ ਜਿਹੜੀ ਇਸ ਸਰਕਾਰ ਨੂੰ ਸਾਰੀ ਦੁਨੀਆ ਦੇ ਵਿੱਚ ਇਹਨਾਂ ਨੂੰ ਛਿੱਤਰ ਪਏ ਨੇ ਇਹਨਾਂ ਦੀ ਥੂ ਥੂ ਹੋਈ ਹੈ ਜੇ ਉਹ ਅੱਜ ਵੀ ਨਹੀਂ ਸਮਝਦੇ ਅੱਜ ਵੀ ਨਹੀਂ ਸਮਝਦੇ ਇਹ ਹਰ ਧਰਮੀ ਕਰਦੇ ਨੇ ਕੋਈ ਡੈਮੋਕ੍ਰੇਸੀ ਦੇ ਵਿੱਚ ਕੋਈ ਜਿੱਦ ਨਾਲ ਨਹੀਂ ਫੈਸਲੇ ਲਏ ਜਾਂਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਲਏ ਜਾਂਦੇ ਨੇ ਅਤੇ ਸਾਡੇ ਲੀਡਰ ਸਾਹਿਬਾਨ ਨੇ ਸਾਡੇ ਆਗੂਆਂ ਨੇ ਸਾਬਤ ਕਰਤਾ ਵੀ ਤੁਸੀਂ ਸੰਵਿਧਾਨ ਦੀ ਉਲੰਘਣਾ ਕਰਕੇ ਬਿੱਲ ਬਣਾਏ ਨੇ ਜਿਹੜਾ ਐਗਰੀਕਲਚਰ ਹੈ ਸਟੇਟ ਸਬਜੈਕਟ ਹੈ ਟ੍ਰੇਡ ਔਰ ਕਾਮਰਸ ਦਾ ਮਤਲਬ ਹੁਣ ਤਾਂ ਉਹਨਾਂ ਦੇ ਐਗਰੀਕਲਚਰ ਮਿਨਿਸਟਰ ਨੇ ਇਹ ਸਹਿਮਤੀ ਵੀ ਦਿੱਤੀ ਹੈ ਵੀ ਇਹ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਵੀ ਅਸੀਂ ਇਹ ਵਪਾਰੀਆਂ ਲਈ ਬਣਾਇਆ ਸੀ ਜੇ ਵਪਾਰੀਆਂ ਲਈ ਬਣਾਇਆ ਟ੍ਰੇਡ ਤਾਂ ਕਿਸਾਨ ਕਰਦਾ ਨਹੀਂ ਕਿਸਾਨ ਦਾ ਪ੍ਰੋਡਿਊਸ ਕਰਦਾ ਔਰ ਵੇਚਦਾ ਠੀਕ ਹੈ ਜੀ ਤਾਂ ਅਸੀਂ ਤਾਂ ਕਣਕ ਪੈਦਾ ਕਰਕੇ ਵੇਚਦੇ ਹਾਂ ਤਾਂ ਕਣਕ ਤੋਂ ਅੱਗੇ ਫੂਡ ਸਟੱਫ ਦੇ ਵਿੱਚ ਆਉਂਦਾ ਉਹ ਵਪਾਰ ਵਾਲੀ ਗੱਲ ਆਉਂਦੀ ਹੈ ਅਸੀਂ ਜੀਰੀ ਵੇਚਦੇ ਚੌਲ ਨਹੀਂ ਵੇਚਦੇ ਸੋ ਮੇਰਾ ਕਹਿਣ ਤੋਂ ਮਤਲਬ ਸਭ ਕੁਛ 5 ਮੀਟਿੰਗਾਂ ਦੇ ਵਿੱਚ ਸਾਨੂੰ ਮਾਣ ਹੈ ਆਪਣੀ ਲੀਡਰਸ਼ਿਪ ਦੇ ਔਰ ਸਾਨੂੰ ਇਹ ਵੀ ਹੈ ਵੀ ਜੇ ਅੱਜ ਕਿਤੇ ਲੜਾਈ ਪੋਲੀਟੀਕਲ ਹੱਥਾਂ ਦੇ ਵਿੱਚ ਹੋਈ ਹੁੰਦੀ ਅੱਜ ਨੂੰ ਸੌਦੇਬਾਜ਼ੀ ਕਰਕੇ ਗੱਲ ਨਿਬੜੀ ਹੋਣੀ ਸੀ ਸਾਡੀ ਯੋਗ ਲੀਡਰਸ਼ਿਪ ਨੇ 5 ਵਾਰ
ਜਿਹੜੀ ਟੌਪ ਦੀ ਬਿਊਰੋਕਰੇਸੀ ਹੈ ਜਾਂ ਟੌਪ ਦੀ ਇਹਨਾਂ ਦੇ ਪੋਲੀਟੀਕਲ ਲੋਕ ਹੈ ਉਹਨਾਂ ਨੂੰ ਕਾਰਨਰ ਕਰਕੇ ਰੱਖਿਆ ਉਹਨਾਂ ਨੂੰ ਰਸਤਾ ਨਹੀਂ ਲੱਭਦਾ ਭੱਜਣ ਵਾਸਤੇ ਅੱਜ ਉਹ ਇੱਕ ਰਸਤਾ ਲੱਭਦੇ ਨੇ ਵੀ ਇਸੀ ਲੜਾਈ ਚੋਂ ਅਸੀਂ ਨਿਕਲੀਏ ਇੱਕ ਸਭ ਤੋਂ ਵੱਡੀ ਗੱਲ ਹੈ ਵੀ ਕੀ ਆਪਣੇ ਪੰਜਾਬ ਐਂਡ ਹਰਿਆਣਾ ਦੇ ਜਿਹੜੇ ਰਿਟਾਇਰਡ ਜੱਜਿਸ ਹੈਗੇ ਨੇ ਉਹਨਾਂ ਦੀ ਬਾਰ ਐਸੋਸੀਏਸ਼ਨ ਹੈਗੀ ਹੈ ਦਿੱਲੀ ਬਾਰ ਐਸੋਸੀਏਸ਼ਨ ਹੈ ਸੁਪਰੀਮ ਕੋਰਟ ਦੀ ਬਾਰ ਔਰ ਜਿਹੜੇ ਸਾਰੇ ਰਿਟਾਇਰਡ ਆਈ ਐੱਸ ਔਰ ਆਈ ਪੀ ਐੱਸ ਅਫਸਰ ਨੇ ਉਹ ਸਾਰੇ ਕਹਿੰਦੇ ਨੇ ਵੀ ਇਹ ਕਾਨੂੰਨ ਗਲਤ ਬਣਿਆ ਫਿਰ ਕੀ ਇੱਕ ਬੀਜੇਪੀ ਵਾਲਿਆਂ ਦਾ ਕੋਈ ਦਿਮਾਗ ਜ਼ਿਆਦਾ ਵੀ ਉਹ ਕਹਿੰਦੇ ਨੇ ਕਾਨੂੰਨ ਠੀਕ ਬਣਿਆ ਸੋ ਜਿਹੜੀ ਇਹ ਗੱਲ ਹੈ ਵੀ ਜਿਸ ਤਰ੍ਹਾਂ ਚੱਲਦੇ ਆ ਇਹ ਸਿਰਫ ਇੱਕ ਕਿਸਾਨਾਂ ਵਾਸਤੇ ਨਹੀਂ ਸਾਡੀ ਪੰਜਾਬ ਦੀ ਆਰਥਿਕਤਾ ਤਬਾਹ ਕਰਨ ਵਾਸਤੇ ਇਹਨਾਂ ਨੇ ਇੱਕ ਰਸਤਾ ਲੱਭਿਆ ਸ਼ਰਮਾਏਦਾਰ ਲੋਕਾਂ ਨੂੰ ਅਡਾਨੀ ਅਵਾਨੀਆਂ ਨੂੰ ਜਿਹਨਾਂ ਨੇ ਇਹਨਾਂ ਨੂੰ ਰਾਜ ਭਾਗ ਕਰਵਾਇਆ ਤਾਂ ਇਹ ਉਹਨਾਂ ਦਾ ਜਿਹੜਾ ਹੈਗਾ ਇਹ ਦੇਣ ਮੋੜ ਰਿਹਾ ਇਹ ਮੋਦੀ ਸਰਕਾਰ ਇਹਨਾਂ ਨੂੰ ਅੱਜ ਨਹੀਂ ਕੱਲ੍ਹ ਇਹ ਝੁਕਣਾ ਪਊ ਇਹ ਕੋਈ ਦੋ ਰਾਮਾ ਨਹੀਂ ਅਸੀਂ ਇਸ ਤੋਂ ਅੱਗੇ ਜਾ ਕੇ ਗੱਲ ਕਹਾਂਗੇ ਵੀ ਕਿਉਂ ਨਹੀਂ ਸਾਨੂੰ ਪਾਕਿਸਤਾਨ ਦਾ ਲਾਂਘਾ ਖੋਲ੍ਹਦੇ ਅਸੀਂ ਵਾਹਗਾ ਬਾਰਡਰ ਦੇ ਰਾਹੀਂ ਜਿਹੜੀ ਸਾਡੀ ਕੋਈ ਕਣਕ ਜੀਵ ਦਾ ਵਪਾਰ ਆ ਅਸੀਂ ਜਿਹੜੇ ਖਾੜੀ ਦੇ ਦੇਸ਼ ਅਸੀਂ ਕਿਉਂ ਨਹੀਂ ਕਰ ਸਕਦੇ ਜੇ ਅਫਗਾਨਿਸਤਾਨ ਤੋਂ ਪਿਆਜ਼ ਸਾਡੇ ਕੋਲ ਆ ਸਕਦੇ ਹੈ ਤਾਂ ਅਸੀਂ ਜਨਸਾ ਕਿਉਂ ਨਹੀਂ ਉੱਥੇ ਵੇਚ ਸਕਦੇ ਯੂਰਪੀਅਨ ਕੰਟਰੀ ਦੇ ਵਿੱਚ ਜੇ ਅਮਰੀਕਾ ਔਰ ਕੈਨੇਡਾ ਦਾ ਵਪਾਰ ਆਪਸ ਵਿੱਚ ਚੱਲ ਸਕਦਾ ਤਾਂ ਸਾਡਾ ਕਿਉਂ ਨਹੀਂ ਚੱਲ ਸਕਦਾ ਇਹਨਾਂ ਲੋਕਾਂ ਨੇ ਸਾਨੂੰ ਵੰਨ ਕੇ ਰੱਖਿਆ ਵੀ ਤੁਹਾਨੂੰ ਮਜਬੂਰ ਕਰਕੇ ਲੁੱਟਣਾ ਪਰ ਅਸੀਂ ਇਹ ਦਾਅਵੇ ਨਾਲ ਕਹਿੰਦੇ ਹਾਂ ਵੀ ਅਸੀਂ ਪੀਸਫੁੱਲ ਰਹਿ ਕੇ ਅਸੀਂ ਸ਼ਾਂਤੀ ਨਾਲ ਇਹਨਾਂ ਦੇ ਜਬਰ ਦਾ ਟੱਕਰਾ ਕਰਕੇ ਅਸੀਂ ਇਹ ਲੜਾਈ ਜਿੱਤ ਕੇ ਮੁੜਾਂਗੇ ਅੱਜ ਨਹੀਂ ਤਾਂ ਕੱਲ ਇਹਨਾਂ ਨੂੰ ਝੁਕਣਾ ਪਊ। 31ਵਾਂ ਦਿਨ ਚੱਲ ਰਿਹਾ ਜੀ, ਇੱਕ ਮਹੀਨਾ ਕੰਪਲੀਟ ਹੋ ਚੁੱਕਾ ਹੈ, ਪੋਹ ਦੀ ਠੰਡ ਪੈ ਰਹੀ ਹੈ, ਕੋਹਰਾ ਪੈ ਰਿਹਾ ਹੈ, 7 ਡਿਗਰੀ ਟੈਂਪਰੇਚਰ ਹੁੰਦਾ ਹੈ, ਹਾਲੇ ਤੱਕ ਤਾਂ ਸਰਕਾਰ ਝੁਕੀ ਨਹੀਂ। ਉਹਨਾਂ ਦੇ ਕਈ ਬੀਜੇਪੀ ਆਗੂਆਂ ਦਾ ਕਹਿਣਾ ਹੈ ਕਿ ਅੱਜ ਦਿਨ ਤੱਕ ਜਿੰਨੇ ਵੀ ਸਰਕਾਰ ਨੇ ਕਾਨੂੰਨ ਲਾਗੂ ਕੀਤੇ ਨੇ ਕਿ ਉਹਨਾਂ ਵਿੱਚੋਂ ਸੋਧ ਤਾਂ ਕਰ ਸਕਦੀ ਹੈ, ਪਰ ਸਰਕਾਰ ਕਦੇ ਪਿੱਛੇ ਨਹੀਂ ਹਟੀ ਅਤੇ ਉਹ ਅੜੀ ਰਹੀ ਹੈ ਆਪਣੇ ਫੈਸਲਿਆਂ 'ਤੇ ਕਿ ਇਸ ਵਾਰ ਹਟ ਜਾਏਗੀ ਪਿੱਛੇ। ਦੇਖੋ ਗੱਲ ਇਹ ਨਹੀਂ, ਗੱਲ ਉਹਨਾਂ ਨੂੰ ਕੋਈ ਅੱਜ ਤੱਕ ਚੈਲੇਂਜ ਕਰਨ ਵਾਲਾ ਨਹੀਂ ਕੋਈ ਉਹਨਾਂ ਦੇ ਸਾਹਮਣੇ ਆਇਆ। ਇਹ ਸਾਨੂੰ ਸਾਡੇ ਗੁਰੂਆਂ ਦੀ ਬਖਸ਼ਿਸ਼ ਹੈ, ਇਹ ਸਿੱਖ ਕੌਮ ਨੂੰ ਮਾਣ ਹੈ। ਜਦੋਂ ਅਸੀਂ ਜਿਹੜੇ ਸਾਡੇ ਜਥੇਬੰਦੀ ਦੇ ਲੀਡਰ ਸਾਹਿਬਾਨ ਨੇ ਲਗਭਗ 1.5-2 ਸਾਲ ਤੋਂ ਇਸ ਇਸ਼ੂ ਦੇ ਪਿੱਛੇ ਲੱਗੇ ਹੋਏ ਅਤੇ ਜਿਹੜੇ ਇਹਨਾਂ ਦੇ ਮਨਸੂਬੇ ਸੀ ਉਹ ਸਮੇਂ ਸਾਹਿਬ ਬਲਵੀਰ ਸਿੰਘ ਰਾਜੇਵਾਲ ਹੋਰੀ ਦਾ ਦੂਜੇ ਸਾਰੇ ਕਿਸਾਨ ਜਥਿਆਂਬੰਦੀਆਂ ਦੇ ਲੀਡਰ ਉਹ ਆਰਟੀਕਲਾਂ ਰਾਹੀਂ ਇਹਨਾਂ ਦੀ ਸਰਬ ਪਾਰਟੀ ਪੋਲੀਟੀਕਲ ਲੋਕਾਂ ਦੀ ਮੀਟਿੰਗ ਬੁਲਾ ਕੇ ਸਮੇਂ ਸਮੇਂ ਉਹ ਹਾਈਲਾਈਟ ਕਰਦੇ ਰਹੇ। ਔਰ ਸਾਨੂੰ ਅਫਸੋਸ ਵੀ ਹੈ, ਦੁੱਖ ਵੀ ਹੈ ਵੀ ਜਿਹੜੇ ਪੋਲੀਟੀਕਲ ਲੋਕਾਂ ਨੇ ਬੜੇ ਹੌਸਲੇ ਨਾਲ ਕਿਹਾ ਸੀ ਵੀ ਹਾਂ ਅਸੀਂ ਸਾਰੇ ਮਿਲ ਕੇ ਲੜਾਈ ਲੜਾਂਗੇ, ਉਹਨਾਂ ਨੇ ਗੁੜ ਜੋ ਪੂਣੀ ਨਹੀਂ ਕੱਤੀ ਉਹ ਮੀਟਿੰਗ ਦੇ ਵਿੱਚ ਬੜੀਆਂ ਬੜੀਆਂ ਗੱਲਾਂ ਕਰਕੇ ਚਲੇ ਗਏ। ਬਾਅਦ 'ਚ ਕਿਸੇ ਨੇ ਵੀ ਅੱਗੇ ਹੋ ਕੇ ਇਹਦਾ ਹਾ ਦਾ ਨਾਰਾ ਨਹੀਂ ਮਾਰਿਆ। ਆਖਰ ਸਾਡੇ ਜਿਹੜੀ ਯੋਗ ਲੀਡਰਸ਼ਿਪ ਸੀ ਉਹਨੇ ਜਿੰਨੀਆਂ ਸਾਡੀਆਂ ਕਿਸਾਨ ਜਥੇਬੰਦੀਆਂ ਸੀ ਉਹ ਇਕੱਠੀਆਂ ਹੋਈਆਂ, ਇਕੱਠੀਆਂ ਹੋ ਕੇ ਉਹਨਾਂ ਨੇ ਵੱਖਰੇ ਵੱਖਰੇ ਪ੍ਰੋਗਰਾਮ ਦੇ ਪੜਾਵਾਰ ਇਹਦਾ ਵਿਰੋਧ ਕੀਤਾ, ਅੱਜ ਇਹ ਮੂਵਮੈਂਟ ਖੜੀ ਹੋ ਗਈ। ਅਸੀਂ ਤਾਂ ਇੱਕ ਗੱਲ ਕਹਾਂਗੇ, ਜੇ ਸਾਡੀ 31 ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਸਕਦੀਆਂ, 32 ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਸਕਦੀਆਂ, ਜਿਹੜੇ 5-6 ਪੋਲੀਟੀਕਲ ਲੋਕ ਨੇ ਇਹਨਾਂ ਨੂੰ ਕੀ ਸੱਪ ਸੁੰਘ ਗਿਆ? ਇਹ ਅੱਜ ਵੀ ਵੋਟਾਂ ਲੱਭਦੇ ਨੇ, ਅੱਜ ਵੀ ਵੋਟਾਂ ਦੀ ਰਾਜਨੀਤੀ ਕਰਦੇ ਨੇ ਇਹ ਸਾਰੇ ਲੋਕ। ਪੋਲੀਟੀਕਲ ਇਹ ਆਪਣਾ ਏਜੰਡਾ ਛੱਡ ਕੇ ਪੰਜਾਬ ਨੂੰ ਬਚਾਉਣ ਵਾਸਤੇ, ਪੰਜਾਬ ਦੀ ਅਰਥ ਵਿਵਸਥਾ ਨੂੰ ਬਚਾਉਣ ਵਾਸਤੇ, ਕਿਉਂਕਿ ਇਹਨਾਂ ਕਾਨੂੰਨਾਂ ਦੇ ਨਾਲ ਇਕੱਲੇ ਕਿਸਾਨ ਨੇ ਪ੍ਰਭਾਵਿਤ ਨਹੀਂ ਹੋਣਾ, ਇਸ ਕਾਨੂੰਨਾਂ ਦੇ ਨਾਲ ਮਜ਼ਦੂਰ ਨੇ, ਵਪਾਰੀ ਨੇ, ਜਿਹੜਾ ਵੀ ਕੋਈ ਬੰਦਾ ਵੱਸਦਾ ਹੈ, ਭਾਵੇਂ ਕੋਈ ਟਰਾਂਸਪੋਰਟਰ ਹੈ, ਭਾਵੇਂ ਕੋਈ ਆੜ੍ਹਤੀ ਹੈ, ਸਾਰਿਆਂ ਨੇ ਪ੍ਰਭਾਵਿਤ ਹੋਣਾ। ਸੋ ਇਹਦੇ ਵਿੱਚ ਹਰੇਕ ਦਾ ਹਿੱਤ ਜੁੜਿਆ। ਸੋ ਇਹਦੇ ਵਿੱਚ ਜਿਹੜਾ ਇਹ ਸਾਰਿਆਂ ਨੂੰ ਉਹਨਾਂ ਨੂੰ ਇਹਦੀ ਨੁਮਾਇੰਦੀ ਕਰਨੀ ਚਾਹੀਦੀ ਸੀ, ਉਹਨਾਂ ਨੂੰ ਰਲ ਕੇ ਪੋਲੀਟੀਕਲ ਲੋਕਾਂ ਨੂੰ ਅੱਗੇ ਹੋ ਕੇ ਇਹ ਲੜਾਈ ਲੜਨੀ ਚਾਹੀਦੀ ਸੀ। ਜਦੋਂ ਉਹਨਾਂ ਨੇ ਇੱਧਰ ਕੋਈ ਨਾ ਰੁਚੀ ਦਿਖਾਈ ਤਾਂ ਜਿਹੜਾ ਸਾਡਾ ਫੈਸਲਾ ਕੀਤਾ ਵੀ ਅਸੀਂ ਪੋਲੀਟੀਕਲ ਲੋਕਾਂ ਨੂੰ ਇਨਵੋਲਵ ਨਹੀਂ ਕਰਾਂਗੇ, ਉਹਨੂੰ ਸਟੇਟ 'ਤੇ ਨਹੀਂ ਚੜ੍ਹਨ ਦੇਵਾਂਗੇ, ਅੱਜ ਵੀ ਉਹਦੇ ਢਿੱਡ ਪੀੜ ਹੁੰਦੀ ਆ, ਸਾਰਾ ਪੰਜਾਬ ਤੁਰਿਆ, ਉਹਨਾਂ ਨੂੰ ਅੱਗਾ ਦਿਖਣ ਲੱਗ ਗਿਆ ਵੀ ਜਿਹੜਾ ਸਾਡਾ ਵੋਟ ਬੈਂਕ ਸੀ, ਜਿਹੜਾ ਸਾਡਾ ਸੀ ਜਿੱਕਣ, ਅੱਜ ਸਾਡੇ ਨੌਜਵਾਨ ਬੱਚਿਆਂ ਦੇ ਵਿੱਚ ਜੋਸ਼ ਹੈ, ਸਾਡੇ ਇੱਥੇ ਧਰਨੇ ਦੇ ਵਿੱਚ ਤੁਸੀਂ ਘੁੰਮ ਫਿਰ ਕੇ ਦਿਖਾਓ ਵੀ 80-85 ਸਾਲ ਦੇ ਬਜ਼ੁਰਗ ਇੱਥੇ ਹੌਸਲੇ ਨਾਲ ਤੁਰੇ ਫਿਰਦੇ ਨੇ, ਜਿਹੜੇ ਸਾਡੇ ਨੌਜਵਾਨ ਬੱਚੇ ਨੇ ਜਿਹੜੇ 15 ਸਾਲ ਤੋਂ ਲੈ ਕੇ 28-30 ਸਾਲ ਦੇ ਬੱਚੇ ਨੇ, ਉਹਦਾ ਹੌਸਲਾ ਬੁਲੰਦ ਹੈ। ਇਹ ਸਵਾਲ ਹੀ ਨਹੀਂ ਪੈਦਾ ਹੁੰਦਾ, ਇਹ ਅੱਜ ਨਹੀਂ ਕੱਲ੍ਹ 6 ਮਹੀਨੇ ਬਿਠਾ ਰੱਖੇ ਸੀ, 6 ਮਹੀਨੇ ਦਾ ਰਾਸ਼ਨ ਲੈ ਕੇ ਬੈਠੇ ਹੈ, ਤਾਂ ਅਸੀਂ ਜਿਹੜੇ ਹੱਕ ਸੱਚ ਦੀ ਗੱਲ ਹੈ ਸਾਡੀ, ਸਾਨੂੰ ਝੂਠੇ ਸਾਬਤ ਕਰ ਦੇਣ ਵੀ ਸਾਡੀ ਡਿਮਾਂਡ ਗਲਤ ਹੈ,
ਦੈਨ ਜੇ ਇਦਾਂ ਉਹ ਅੜਵਾਈ ਕਰਨਗੇ ਤਾਂ ਅੱਜ ਨਹੀਂ ਕੱਲ ਇਹ ਸਰਕਾਰ ਨੂੰ ਚੁੱਕਣਾ ਪਊ। ਹੌਸਲਾ ਤਾਂ ਵੈਸੇ ਬਹੁਤ ਜ਼ਿਆਦਾ ਬੁਲੰਦ ਹੈ ਪਰ ਸ਼ਹਾਦਤਾਂ ਵੀ ਬਹੁਤ ਹੋ ਰਹੀਆਂ ਨੇ। ਹਰ ਰੋਜ਼ ਇੱਕ ਅੱਧਾ ਤਾਂ ਸ਼ਹੀਦ ਹੋ ਹੀ ਰਿਹਾ ਹੈ। ਇਸ ਉਹਦੇ ਵਿੱਚ 22 ਸਾਲਾਂ ਦੇ ਮੁੰਡੇ ਮਰ ਰਹੇ ਨੇ, ਮਾਵਾਂ ਦੇ ਕਈ ਇੱਥੋਂ ਬਜ਼ੁਰਗ ਚਲੇ ਜਾਂਦੇ ਨੇ ਅਤੇ ਆਪਣੇ ਖੇਤਾਂ 'ਚ ਜਾ ਕੇ ਟਾਲੀ ਦੇ ਨਾਲ ਆਤਮ ਹੱਤਿਆ ਕਰ ਲੈਂਦੇ ਨੇ ਕਿ ਮਤਲਬ ਇੰਨਾ ਦੁਖੀ ਹੋ ਰਹੇ ਨੇ। ਕਈ ਸੰਤ ਇੱਥੇ ਆਤਮਦਾਹ ਕਰ ਰਹੇ ਨੇ ਕਿਉਂਕਿ ਦੁੱਖ ਨਹੀਂ ਦੇਖਿਆ ਜਾਂਦਾ, ਕਿਸਾਨਾਂ ਦੀ ਅੱਖਾਂ ਦੇ ਵਿੱਚ ਹੰਝੂ ਵੀ ਨੇ। ਸੋ ਕੀ ਲੱਗਦਾ ਕਿੰਨਾ ਲੰਬਾ ਸੰਘਰਸ਼ ਚੱਲੂਗਾ? ਦੇਖੋ ਜੀ, ਇਹ ਤਾਂ ਬਿਲਕੁਲ ਜਿਹੜਾ ਤੁਸੀਂ ਕਿਹਾ, ਜਿਹੜੇ ਸਾਡੇ ਬਹੁਤ ਸਾਰੇ ਜਿਹੜੇ ਸਾਡੇ ਕਿਸਾਨ ਸੀਗੇ ਉਹ ਇੱਥੇ ਵੀ ਸ਼ਹੀਦ ਹੋਏ ਔਰ ਰਸਤੇ 'ਚ ਕਿਤੇ ਐਕਸੀਡੈਂਟ ਹੋ ਕੇ ਵੀ ਉਹ ਉਹਨਾਂ ਦੀ ਸ਼ਹਾਦਤ ਹੋਈ ਹੈ, ਪਰ ਉਹਦਾ ਤਾਂ ਸਾਨੂੰ ਸਾਰਿਆਂ ਨੂੰ ਦੁੱਖ ਹੈ। ਪਰ ਮਸਲਾ ਇੱਕ ਹੈ, ਇਸ ਬੇਇਨਸਾਫੀ ਦੇ ਨਾਲ ਲੜਾਈ ਲੜਨ ਵਾਸਤੇ ਤਾਂ ਅੱਗੇ ਆਉਣਾ ਹੀ ਪਊਗਾ। ਉਹ ਜਿਹੜੀ ਗੱਲ, ਇਹ ਪਰਮਾਤਮਾ ਦਾ ਪਾਣਾ ਹੈ, ਜਿਹੜਾ ਜਿੱਥੇ ਕਿਸੇ ਨੇ ਉਹਦੀ ਲਿਖੀ ਹੈ ਉਹਨੇ ਤੁਰ ਜਾਣਾ। ਕਦੇ ਅਸੀਂ ਸੋਚਿਆ ਨਹੀਂ ਸੀ ਕਦੇ ਇੱਥੇ ਆ ਕੇ ਬੈਠਾਂਗੇ। ਅੱਜ ਸਾਨੂੰ ਇੱਕ ਆਪਣਾ ਘਰ ਲੱਗਦਾ ਵੀ ਅਸੀਂ ਇੱਕ ਹੱਕ ਸੱਚਦੇ ਹਾਂ, ਇੱਕ ਇਨਸਾਫ, ਇੱਕ ਇਤਿਹਾਸ ਲਿਖਿਆ ਜਾਣਾ। ਇਹ ਕੋਈ ਇੱਦਾਂ ਦੀ ਗੱਲ ਨਹੀਂ, ਜਿਹੜੇ ਪੋਲੀਟੀਕਲ ਲੋਕਾਂ ਨੇ ਸਾਡੇ ਬੱਚਿਆਂ ਨੂੰ ਨਸ਼ੇੜੀ ਕਿਹਾ, ਮੁੰਡੀਰ ਕਿਹਾ, ਇਹਨਾਂ ਨੂੰ ਕੀ ਨਹੀਂ ਕਿਹਾ, ਅੱਜ ਉਹਨਾਂ ਬੱਚਿਆਂ ਨੇ ਤਕਦੀਰ ਬਦਲਤੀ ਆ। ਮੈਂ ਹੁਣੇ ਦਿਖਾਉਂਦਾ ਸੀ, ਸਾਡੇ ਜਲੰਧਰ ਦੇ ਬੱਚੇ ਨੇ 20-22 ਬੱਚੇ ਨੇ, ਉਹ ਆਪਣੇ ਹੱਥਾਂ ਦੇ ਨਾਲ ਆ ਸਾਰਾ ਜਿੰਨਾ ਜਿਹੜੇ ਸਾਰਾ ਉਹ ਕੂੜਾ ਕਰਕਟ ਆ ਉਹਨੂੰ ਭਰਦੇ ਨੇ, ਔਰ ਸਾਰੇ ਭਰਾਵਾਂ ਮੰਗਣਾ ਇੱਥੇ ਵਿਚਰਦੇ ਨੇ। ਅੱਜ ਇਹ ਲੜਾਈ, ਅੱਜ ਯੂਨੀਅਨ ਦੀ ਲੜਾਈ ਨਹੀਂ ਰਹੀ, ਅੱਜ ਇਸ ਤੋਂ ਅੱਗੇ ਇੱਕ ਲੋਕ ਲਹਿਰ ਬਣ ਗਈ। ਅੱਜ ਤਾਂ ਜੇ ਲੜਾਈ ਸਾਡੇ ਲੀਡਰ ਨਹੀਂ ਲੜਦੇ, ਅੱਜ ਲੜਾਈ ਲੋਕ ਲੜਦੇ ਨੇ। ਜਦੋਂ ਲੋਕਾਂ ਦੇ ਮਨ ਨੂੰ ਇਹ ਗੱਲ ਲੱਗ ਜਾਵੇ ਵੀ ਸਾਡੀ ਹੈ ਤਾਂ ਅੱਜ ਨਹੀਂ ਕੱਲ੍ਹ ਤਾਂ ਇਹ ਸਰਕਾਰ ਨੂੰ ਝੁਕਣਾ ਹੀ ਪਊਗਾ। ਉਹ ਜਿੰਨੀ ਛੇਤੀ ਮੰਨ ਜਾਣਗੇ ਇਹ ਉਹਨਾਂ ਦੇ ਫਾਇਦੇ ਦੀ ਗੱਲ ਹੈ, ਨਹੀਂ ਤਾਂ ਜਿੱਦਾਂ ਅੱਜ ਸਾਰੇ ਸੰਸਾਰ ਦੇ ਵਿੱਚ ਲੋਕਾਂ ਦੇ ਸੈਂਟੀਮੈਂਟ ਸਾਡੇ ਨਾਲ ਜੁੜੇ ਆ, ਜਜ਼ਬਾਤ ਜੁੜੇ ਆ, ਔਰ ਜਿਹੜੀਆਂ ਦੂਜੀਆਂ ਸਟੇਟਾਂ ਦੇ ਲੋਕ, ਅੱਜ ਧੜਾ ਧੜ ਸਾਡੀ ਗਿਣਤੀ ਵੱਧਦੀ ਜਾ ਰਹੀ ਹੈ, ਸਾਡੇ ਲੋਕਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਸੋ ਇਸ ਸਰਕਾਰ ਨੂੰ ਇਹ ਸਮਝ ਕਰ ਲੈਣੀ ਚਾਹੀਦੀ ਹੈ ਵੀ ਡੈਮੋਕ੍ਰੇਸੀ ਦੇ ਵਿੱਚ ਲੋਕਾਂ ਦੀਆਂ ਭਾਵਨਾਵਾਂ ਨਾਲ ਕੋਈ ਫੈਸ ਔਰ ਇਸ ਤੋਂ ਪਹਿਲਾਂ ਜਿਹੜੇ ਪ੍ਰਧਾਨ ਮੰਤਰੀ ਰਹੇ ਨੇ ਉਹਨਾਂ ਨੇ ਇੱਦਾਂ ਦੇ ਫੈਸਲੇ ਰਿਵਿਊ ਕੀਤੇ ਨੇ, ਕਿੱਡੀ ਕੁ ਵੱਡੀ ਗੱਲ ਆ। ਅਸੀਂ ਤਾਂ ਇਹ ਗੱਲ ਕਹਿੰਦੇ ਹਾਂ ਰੀਪੀਲ ਕਰ ਲੈਣ ਇਹਨਾਂ ਨੂੰ, ਉਹਨੂੰ ਰੀਪੀਲ ਦੇ ਵਿੱਚ ਕਰਕੇ ਜਿਹੜਾ ਸਾਡੇ ਨਾਲ ਬੈਠ ਕੇ ਡਿਸਕਸ ਕਰ ਲੈਣ, ਜਿਹੜੇ ਕੋਈ ਇੱਦਾਂ ਦੇ ਕੋਈ ਇਸ਼ੂ ਉਹਨਾਂ ਦੇ ਹੋਣਗੇ ਜਿਹੜੇ ਕਿਸਾਨੀ ਦੇ ਹਿੱਤ ਵਾਸਤੇ ਹੋਣਗੇ, ਅਸੀਂ ਸਹਿਮਤ ਹੋਵਾਂਗੇ। ਪਰ ਇੱਦਾਂ ਜੇ ਉਹ ਕਹਿਣ ਵੀ ਹਾਂ ਇਹ ਕਿਸਾਨੀ ਨੂੰ ਲਤਾੜ ਕੇ ਅਸੀਂ ਉਹਨਾਂ ਲੋਕਾਂ ਨੂੰ, ਸ਼ਰਮਾਏਦਾਰ ਲੋਕਾਂ ਨੂੰ ਅਸੀਂ ਆਪਣੀ ਜਾਰੀ ਪਗਾ ਦਾਂਗੇ, ਅਸੀਂ ਉਹਨਾਂ ਦੇ ਘਰ ਭਰ ਦਾਂਗੇ, ਇਹ ਤਾਂ ਨਹੀਂ ਹੋਣ ਦੇਵਾਂਗੇ ਅਸੀਂ। ਜਿਵੇਂ ਕਿ ਵੇਖਿਆ ਜਾਵੇ ਪ੍ਰਜਾ ਨੂੰ ਲੜਾ ਕੇ ਹੀ ਰਾਜਾ ਬਣਦਾ ਹੈ ਨਾ, ਰਾਜੇ ਨੂੰ ਫਰਕ ਨਹੀਂ ਪੈ ਰਿਹਾ ਕਿ ਪ੍ਰਜਾ ਰੁਲ ਰਹੀ ਹੈ। ਇਹੋ ਜਿਹਾ ਕੀ ਹੈ ਇਹਨਾਂ 3 ਕਾਨੂੰਨਾਂ ਵਿੱਚ ਕਿ ਜਿਹੜੇ ਬੀਜੇਪੀ ਦੇ ਆਗੂ ਨੇ, ਬੀਜੇਪੀ ਸਰਕਾਰ ਹੈ, ਉਹਨਾਂ ਨੂੰ ਫਾਇਦਾ ਨਜ਼ਰ ਆਉਂਦਾ ਪਰ ਇੱਥੇ ਲੱਖਾਂ ਕਰੋੜਾਂ ਲੋਕ ਇੱਥੇ ਰੁਲ ਰਹੇ ਨੇ, ਉਹਨਾਂ ਨੂੰ ਉਹਨਾਂ ਬਿੱਲਾਂ ਦੇ ਵਿੱਚ ਘਾਟਾ ਨਜ਼ਰ ਆਉਂਦਾ ਹੈ? ਦੇਖੋ ਜੀ, ਜਿਹੜੇ ਜੇ ਇਹ ਗੱਲ ਬੜੀ ਸਮਝਣ ਦੀ ਹੈ, 86% ਲੋਕ ਜਿਹੜੇ ਅਸੀਂ ਖੇਤੀ 'ਤੇ ਨਿਰਭਰ ਹੈ, ਅਸੀਂ 86% ਲੋਕਾਂ ਨੂੰ ਉਹ ਨਜ਼ਰਅੰਦਾਜ਼ ਕਰਕੇ 7-8% ਲੋਕਾਂ ਨੂੰ ਉਹ ਪਾਲ ਨੂੰ ਫਿਰਦੇ ਨੇ। ਜਿਹੜੇ ਕੀ ਸਾਧਨ ਹੈ ਜਿਹੜਾ ਇਹ ਉਹਨਾਂ ਦਾ ਇਹਨਾਂ ਨੇ ਇਹ ਅਡੋਪਟ ਕੀਤਾ, ਜਿਹੜਾ ਇਹਨਾਂ ਨੇ ਮਾਡਲ, ਇਹ ਬਾਹਰਲੇ ਮੁਲਕਾਂ ਦੇ ਮਾਡਲ ਫੇਲ ਹੋ ਚੁੱਕਿਆ ਹੈ। ਅਤੇ ਇਹ ਫਿਰ ਜੇ ਯੂਪੀ ਇਹਨਾਂ ਦੀ ਹੈਗੀ ਹੈ, ਯੂਪੀ ਦੇ ਸਰਕਾਰ ਉੱਥੇ ਇਹਨਾਂ ਦੀ ਹੈਗੀ ਹੈ, ਯੂਪੀ ਦੇ ਇੰਪਲੀਮੈਂਟ ਕਰਕੇ ਇਹਨੂੰ ਕਾਮਯਾਬ ਕਰ ਲੈਣ, ਫਿਰ ਅਸੀਂ ਅਡੋਪਟ ਕਰ ਲਾਂਗੇ। ਜੇ ਇਹਨਾਂ ਦੀ ਆਪਣੀ ਸਰਕਾਰ ਹੈ ਉੱਥੇ, ਉੱਥੇ ਇਹਨਾਂ ਦਾ ਝੋਨਾ 9-9 ਸੌ, 1000-1100 ਰੁਪਏ ਕੁਇੰਟਲ ਵਿਕਦਾ ਹੈ, ਤਾਂ ਉੱਥੇ ਕੁਛ ਨਹੀਂ ਕਰ ਸਕੇ ਤਾਂ ਇਹ ਸਾਡੇ ਬਾਰੇ ਕੀ ਕਰਨਗੇ ਇਹ? ਸੋ ਇਹਨਾਂ ਦੇ ਜਿਹੜੇ ਮਨਸੂਬੇ ਨੇ, ਇਹਨਾਂ ਦੇ ਸ਼ਰਮਾਏਦਾਰ ਲੋਕਾਂ ਨੂੰ ਪਾਲਣ ਵਾਸਤੇ, ਕਿਉਂਕਿ ਬੜੀ ਸਾਫ਼ ਗੱਲ ਹੈ, ਜਿਹੜੀ ਇੰਡਸਟਰੀ ਆ, ਇੰਡਸਟਰੀ ਕਦੇ ਵੀ ਡਾਵਾਂਡੋਲ ਹੋ ਸਕਦੀ ਹੈ। ਇੱਕ ਇਹ ਇਹੋ ਜਿਹਾ ਇੱਕ ਸਭ ਦੇ ਪਰਮਾਤਮਾ ਨੇ ਪੇਟ ਲਾਇਆ, ਅਸੀਂ ਸਵੇਰੇ ਸ਼ਾਮ ਖਾਣਾ ਹੀ ਖਾਣਾ ਹੈ। ਜੇ ਉਹਨਾਂ ਲੋਕਾਂ ਨੇ ਵੀ ਇਹਨਾਂ ਨੇ ਕਾਨੂੰਨ ਉਹਨਾਂ ਦੇ ਮੁਤਾਬਕ ਬਣਾਏ ਨੇ, ਉਹ ਅੱਜ ਭਾਵੇਂ ਕਹੀ ਜਾਣ ਵੀ ਅਸੀਂ MSP ਜਾਰੀ ਰੱਖਾਂਗੇ, MSP ਜਾਰੀ ਰੱਖਾਂਗੇ, ਸਾਡੀ APMC ਮੰਡੀਆਂ ਦਾ ਸਾਡਾ ਜਿਹੜਾ ਕਨਸੈਪਟ ਹੈ ਉਹ ਅੱਜ ਨਹੀਂ ਕੱਲ੍ਹ, ਇਹ ਪੰਜਾਬ ਹਰਿਆਣੇ 'ਚ ਸਾਡਾ 60 ਸਾਲ ਤੋਂ ਚੱਲਿਆ ਹੁੰਦਾ। ਇਹ ਜੇ ਇਹਨੂੰ ਇਹ ਅੱਜ ਉਹਨਾਂ ਨੂੰ ਇਹਨਾਂ ਨੇ ਪਹਿਲਾਂ ਪਿੱਛੇ 1% ਟੈਕਸ ਲਾਇਆ ਸੀ, ਸਾਨੂੰ 8% ਟੈਕਸ ਦੇਣੇ ਪਏ ਹੈ, ਤਾਂ ਹੁਣ ਇਹ ਮੰਨਦੇ ਨੇ ਅਸੀਂ ਸਟੇਟ ਨੂੰ ਅਧਿਕਾਰ ਦੇ ਦਾਂਗੇ, ਉਹ ਟੈਕਸ ਵੀ ਬਰਾਬਰ ਕਰ ਦੇਣਗੇ। ਪਰ ਉਹ ਲੋਕ ਸਾਨੂੰ 6 ਮਹੀਨੇ ਸਾਲ ਵੱਧ ਰੇਟ ਦੇ ਦੇਣਗੇ, ਜਦੋਂ ਅਸੀਂ ਉਹਨਾਂ ਵੱਲ ਫਸਲ ਲਿਜਾਣ ਲੱਗ ਜਾਂਗੇ, ਜਿਹੜਾ ਸਾਡਾ ਇਹ ਸਾਡਾ ਮੰਡੀਆਂ ਦਾ ਸਿਸਟਮ ਹੈ ਉਹ ਖਤਮ ਹੋ ਜੂਗਾ, ਤਾਂ ਉਹ ਵਪਾਰੀ ਲੋਕ ਸਾਨੂੰ ਆਪਣੇ ਗਜੀ ਲੁੱਟਣਗੇ। ਅਸੀਂ ਉਹ ਕਦੇ ਹੁਣ ਨਹੀਂ ਦੇਵਾਂਗੇ, ਕਿਉਂਕਿ ਉਹ ਸਾਤੋਂ ਸਸਤੇ ਭਾਅ ਖਰੀਦਣਗੇ, ਮਹਿੰਗੇ ਭਾਅ ਵੇਚਣਗੇ। ਅੱਜ ਵੀ ਤੁਸੀਂ ਇਹ ਰਿਲਾਇੰਸ ਦੇ ਸਟੋਰਾਂ ਦੇ ਵਿੱਚ ਆਟਾ ਲੈ ਲਓ, 46-46 ਰੁਪਏ ਕਿਲੋ ਉਹਨਾਂ ਦਾ ਕਣਕ ਦਾ ਆਟਾ ਮਿਲਦਾ ਹੈ,
ਔਰ ਐਸੇ ਤਰ੍ਹਾਂ ਮੱਕੀ ਦਾ ਆਟਾ ਜਿਹੜੀ ਭਾਵੇਂ ਸਰਕਾਰ ਨੇ ਇਹਦੀ MSP 1850 ਰੁਪਏ ਸੀਗੀ ਸਾਡੀ ਮੱਕੀ ਦੀ ਫਸਲ 600 ਤੋਂ 800 ਰੁਪਏ ਕੁਇੰਟਲ ਵਿਕੀ ਹੈ ਅੱਜ ਤੁਸੀਂ ਰਿਲਾਇੰਸ ਦੇ ਸਟੋਰ ਤੇ ਜਾ ਕੇ ਮੱਕੀ ਦੀ ਕੀਮਤ ਲੈ ਲਓ ਤਾਂ ਮੇਰੇ ਖਿਆਲ ਹੈ ਕਿਤੇ ਵੱਧ ਤੁਰੀ ਫਿਰਦੀ ਹੈ ਸੋ ਮੇਰੇ ਕਹਿਣ ਸਾਡੇ ਕਹਿਣ ਤੋਂ ਭਾਵ ਵੀ ਜਿਹੜੇ ਇਹ ਐਡੇ ਵੱਡੇ ਤਬਕੇ ਨੂੰ ਨਜ਼ਰਅੰਦਾਜ਼ ਕਰਕੇ ਸ਼ਰਮਾਏਦਾਰ ਲੋਕਾਂ ਨੂੰ ਜਿਨ੍ਹਾਂ ਨੇ ਪੈਸੇ ਦੇ ਕੇ ਇਹਨਾਂ ਨੂੰ ਇਲੈਕਸ਼ਨਾਂ ਜਿਤਾਇਆ ਕਿਉਂਕਿ ਸਾਰੇ ਜਿੰਨਾ ਗੋਦੀ ਮੀਡੀਆ ਉਹ ਇਹਨਾਂ ਨੇ ਖਰੀਦ ਲਿਆ ਸਾਰੀ ਬਿਊਰੋਕਰੇਸੀ ਇਹਨਾਂ ਨੇ ਮਗਰ ਲਾਈ ਵੀ ਹੈ ਜਿਹੜੇ ਸਾਡੇ ਪੋਲੀਟੀਕਲ MLA MP ਉਹਨਾਂ ਦੀ ਜ਼ਮੀਰ ਮਰ ਗਈ ਤਾਂ ਇਹ ਅੱਜ ਜੇ ਇਹ ਇਸ ਦੇ ਖਿਲਾਫ਼ ਇਹ ਵਿਰੋਧ ਖੜਾ ਹੋਇਆ ਤਾਂ ਇਹ ਕੋਈ ਛੋਟੀ ਗੱਲ ਨਹੀਂ ਕਿਉਂਕਿ ਇਹ ਜੇ ਅੱਜ ਵੀ ਇਹ ਸੰਭਣਗੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਹੁਤ ਵੱਡੀ ਤਬਦੀਲੀ ਦੀ ਨਿਸ਼ਾਨੀ ਹੈ ਜਿਹਦੇ ਵਿੱਚੋਂ ਸਾਡੀ ਕੋਈ ਚੰਗੀ ਯੋਗ ਲੀਡਰਸ਼ਿਪ ਵੀ ਪੈਦਾ ਹੋਊ ਜਿਹੜੇ ਇਹ ਮਾਫੀਆ ਇਕੱਠੇ ਹੋ ਗਏ ਤਾਂ ਮੇਰਾ ਖਿਆਲ ਹੈ ਵੀ ਜਿਹੜਾ ਅੱਜ ਦਾ ਇਹ ਸਾਡਾ ਇਹ ਐਜੀਟੇਸ਼ਨ ਚੱਲਦੀ ਹੈ ਤੁਸੀਂ ਸਵਾਲ ਕੀਤਾ ਸੀ 30 ਦਿਨ ਹੋ ਗਏ ਤਾਂ ਮੇਰਾ ਖਿਆਲ ਹੈ ਤੁਸੀਂ ਦੇਖਿਆ ਹੋਣਾ ਕਿਸੇ ਦੇ ਚਿਹਰੇ 'ਤੇ ਮਜੂਸੀ ਹੈ ਸਾਰੇ ਹੌਸਲੇ 'ਚ ਹੈ ਵੀ ਭਾਵੇਂ ਸਾਨੂੰ ਜਿੰਨੀ ਮਰਜ਼ੀ ਸਾਨੂੰ ਜਿੱਤ ਦਿਖਦੀ ਹੈ ਵੀ ਅਸੀਂ ਜਿੱਤ ਕੇ ਮੁੜਾਂਗੇ ਕਿਉਂਕਿ ਸਾਡਾ ਕੌਜ਼ ਸਹੀ ਹੈ ਅਸੀਂ ਸਹੀ ਟਰੈਕ 'ਤੇ ਸਾਡੀ ਲੀਡਰਸ਼ਿਪ ਜੋ ਵੀ ਸਾਨੂੰ ਆਦੇਸ਼ ਦੇਣਗੇ ਅਸੀਂ ਬਿਲਕੁਲ ਉਹਨੂੰ ਮੰਨਾਂਗੇ ਇੱਕ ਬੇਨਤੀ ਵੀ ਕਰਾਂਗੇ ਆਪਣੇ ਯੂਥ ਨੂੰ ਵੀ ਜਿਹੜੇ ਲੋਕਾਂ ਨੇ ਲੜਾਈ ਇਸ ਮੁਕਾਮ 'ਤੇ ਲਿਆਂਦੀ ਅੱਜ ਅਸੀਂ ਉਹਨਾਂ ਦੇ ਮੁਤਾਬਕ ਫੈਸਲੇ ਲਈਏ ਜਿਹੜਾ ਸਾਡਾ ਨੌਜਵਾਨ ਵਰਗ ਹੈ ਅਸੀਂ ਬਹੁਤ ਧੰਨਵਾਦੀ ਹੈ ਵੀ ਨੌਜਵਾਨ ਵਰਗ ਨੇ ਇੱਕ ਇਤਿਹਾਸ ਸਿਰਜਤਾ ਤਾਂ ਜੋਸ਼ ਦੇ ਨਾਲ ਹੋਸ਼ ਦੀ ਬਹੁਤ ਲੋੜ ਹੈ ਅੱਜ ਜਿਹੜੇ ਸਾਡੀ ਲੀਡਰਸ਼ਿਪ ਨੇ ਇਸ ਮੂਵਮੈਂਟ ਨੂੰ ਇਸ ਲੈਵਲ 'ਤੇ ਲਿਆ ਤਾਂ ਉਹਨਾਂ ਤੋਂ ਸਿੱਖ ਕੇ ਉਹਨਾਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਕੋਈ ਫੈਸਲੇ ਕਰਨ ਜੇ ਅਸੀਂ ਸਾਰੇ ਆਪਣੇ ਆਪਣੇ ਤੌਰ 'ਤੇ ਫੈਸਲੇ ਕਰਾਂਗੇ ਤਾਂ ਉਹਦੇ ਨਾਲ ਸਾਡਾ ਡਿਸਿਪਲਨ ਵਧੀਆ ਨਹੀਂ ਰਹੂਗਾ ਸੋ ਕੀ ਲੱਗਦਾ ਜਿੱਤ ਕੇ ਜਾਓਗੇ ਬਿਲਕੁਲ 101% ਮੈਂ ਕੀ ਮੈਨੂੰ ਕੀ ਪੁੱਛਦੇ ਹੋ ਤੁਸੀਂ ਇੰਨੇ ਸਾਰੇ ਲੋਕ ਬੈਠੇ ਹੈ ਸਾਰਿਆਂ ਦੇ ਚਿਹਰੇ ਖਿੜੇ ਨੇ ਕਿਉਂਕਿ ਜਦ ਪਤਾ ਹੁੰਦਾ ਵੀ ਇਹ ਸਾਡੀ ਜਿਹੜੀ ਡਿਮਾਂਡ ਹੈ ਸਾਡੀ ਡਿਮਾਂਡ ਸਹੀ ਹੈ ਜਾਂ ਗਲਤ ਹੈ ਸੈਂਟਰ ਨੇ ਧੱਕਾ ਕੀਤਾ ਸਾਡੀਆਂ 5 ਮੀਟਿੰਗਾਂ ਦੇ ਵਿੱਚੋਂ ਇੱਕ ਮੀਟਿੰਗ ਦੇ ਵਿੱਚ ਸਾਨੂੰ ਕਨਵਿੰਸ ਨਹੀਂ ਕਰਾ ਸਕੇ ਅਸੀਂ ਕਨਵਿੰਸ ਕਰਾ ਕੇ ਆਏ ਹਾਂ ਉਹਨਾਂ ਨੂੰ ਤਾਂ ਫਿਰ ਜਦੋਂ ਉਹ ਮੰਨਦੇ ਨੇ ਗੱਲ ਵੀ ਹਾਂ ਇਹ ਸੰਵਿਧਾਨ ਤੋਂ ਉਲਟ ਜਾ ਕੇ ਇਹਨਾਂ ਨੇ ਕਾਨੂੰਨ ਬਣਾਏ ਨੇ ਤਾਂ ਫਿਰ ਮੁੜ ਕੇ ਸਵਾਲ ਹੀ ਨਹੀਂ ਪੈਦਾ ਹੁੰਦਾ ਸੀ ਅੱਜ ਨਹੀਂ ਤਾਂ ਕੱਲ੍ਹ ਅਸੀਂ ਜਿੱਤ ਕੇ ਜਾਵਾਂਗੇ ਸੋ ਵੇਖ ਸਕਦੇ ਹੋ ਕਿੰਨਾ ਹੌਸਲਾ ਹੈ ਇਹਨਾਂ ਦਾ ਕਹਿਣਾ ਹੈ ਕਿ ਜਦੋਂ ਵੀ ਕੋਈ ਲੋਕ ਲਹਿਰ ਚੱਲਦੀ ਹੈ ਕੋਈ ਸੰਘਰਸ਼ ਚੱਲਦਾ ਹੈ ਤਾਂ ਇੱਕ ਬਹੁਤ ਵੱਡਾ ਬਦਲਾਵ ਲੈ ਕੇ ਆਉਂਦਾ ਹੈ ਸੋ ਦੇਖਦੇ ਹਾਂ ਇਹ ਲੋਕ ਲਹਿਰ ਕੀ ਬਦਲਾਵ ਲੈ ਕੇ ਆਉਂਦੀ ਹੈ ਮੈਂ ਰਾਧਿਕਾ ਸ਼ਰਮਾ ਕੁੰਡਲੀ ਬਾਰਡਰ ਤੋਂ ਚੈਨਲ ਲੋਕ ਮਸਲੇ ਦੇ ਨਾਲ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸਾਰੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਵੱਧ ਤੋਂ ਵੱਧ ਸਾਡੇ ਚੈਨਲ ਸਬਸਕ੍ਰਾਈਬ ਕਰੋ ਅਤੇ ਘੰਟੀ ਦਾ ਬਟਨ ਜ਼ਰੂਰ ਦਬਾਓ ਨਵੀਆਂ ਅਤੇ ਤਾਜ਼ਾ ਖਬਰਾਂ ਸੁਣਨ ਦੇ ਲਈ।